ਮੈਂ ਚਾਹਣਾ ਸੀ ਕਿ ਤੁਹਾਡੇ ਥੋੜੇ ਕੁਝ ਕੁ ਦਿਨਾਂ ਬਾਅਦ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਾਂ ਔਰ ਦੱਸਾਂ ਕਿ ਹਾਲਾਤ ਕੀ ਨੇ ਕਿਉਂਕਿ ਸਾਰੇ ਦੇ ਮਨ 'ਚ ਬੜਾ ਫਿਕਰ ਹੈ ਕਿ ਦੁਨੀਆ 'ਚ ਕੀ ਹੋ ਰਿਹਾ ਹੁਣ ਦੁਨੀਆ ਦੇ ਹਾਲਾਤ ਤਾਂ ਤੁਹਾਨੂੰ ਪਤਾ ਹੀ ਹੈ ਬਹੁਤ ਹਾਲਾਤ ਅੱਛੇ ਨਹੀਂ ਸਮਾ ਕੈਨੇਡਾ ਅਮਰੀਕਾ ਦੇ ਵਿੱਚ 7,84,000 ਬੰਦਿਆਂ ਨੂੰ ਕੋਰੋਨਾ ਹੋਇਆ ਹੋਇਆ ਔਰ ਉਹਨਾਂ ਦੀ 42,000 ਮੌਤਾਂ ਨੇ ਯੂਕੇ ਦੇ ਵਿੱਚ ਸਾਡੇ 124000 ਕਰੋਨਾ ਕੇਸਸ ਨੇ ਤੇ 16500 ਮੌਤਾਂ ਨੇ ਤੋਂ ਇਹ ਹਾਲਾਤ ਅੱਛੇ ਨਹੀਂ ਸਾਰੀ ਦੁਨੀਆ ਦੇ ਅਹੀਂ ਆંકੜੇ ਆ ਰਹੇ ਨੇ ਜਿੱਥੇ ਤੁਸੀਂ ਜਾਓ ਹਿੰਦੁਸਤਾਨ ਚ ਕਿਉਂਕਿ ਅਸੀਂ ਲਾਕਡਾਊਨ ਮੁਲਕ ਦੇ ਵਿੱਚ ਪਹਿਲਾਂ ਕੀਤਾ ਸੀ ਔਰ ਪੰਜਾਬ ਨੇ ਕੀਤਾ ਸੀ ਤਾਂ ਸਾਡੇ 7600 ਸਾਡੇ ਕਰੋਨਾ ਕੇਸ ਨੇ ਦੇਖੋ ਆਬਾਦੀ ਆਪਣੀ ਬਹੁਤ ਜ਼ਿਆਦਾ ਹੈ ਲੇਕਿਨ ਉਹਦੇ باوجود ਐਨੇ ਕੇਸ ਨੇ ਔਰ 560 ਸਾਡੀਆਂ ਮੌਤਾਂ ਹੋਈਆਂ ਨੇ ਇਹ ਦੇ ਵਿੱਚੋਂ ਪੰਜਾਬ ਚ ਅਸੀਂ ਇਸ ਵੇਲੇ ਕੁਝ ਬਚੇ ਹੋਏ ਹੈ ਕਿ 284 44 ਆਪਣੇ ਕੇਸ ਨੇ ਔਰ 16 ਸਾਡੀਆਂ ਮੌਤਾਂ ਹੋਈਆਂ ਨੇ ਸੋ ਇਹ ਜਿਹੜਾ ਕੁਝ ਹੋ ਰਿਹਾ ਹੈ ਇਹ ਅਸੀਂ ਮੇਰਾ ਖਿਆਲ ਹਿੰਦੁਸਤਾਨ ਚੋਂ ਪੰਜਾਬ ਦੇ ਵਿੱਚ ਇਹ अर्ली ਲਾਕਡਾਊਨ ਜਿਹੜਾ ਅਸੀਂ ਕਰਤਾ ਸੀ ਉਹਦਾ ਅਸਰ ਪਿਆ ਉਹਦਾ ਮਤਲਬ ਇਹ ਹੈ ਕਿ ਅਗਰ ਆਪਾਂ ਆਪਣੇ ਆਪ ਨੂੰ ਜੋ ਦੱਸਿਆ ਗਿਆ ਆਪਣੇ ਘਰਾਂ ਚ ਆਪਾਂ ਬੈਠੀਏ ਆਪਣੇ ਹੱਥ ਕੋਈਏ ਜੋ ਡਾਕਟਰ ਵਗੈਰਾ ਕਹਿੰਦੇ ਨੇ ਤਾਂ ਆਪਣੀ ਇਹ ਜਿਹੜੀ ਇਹ ਜਿਹੜੇ ਆંકੜੇ ਨੇ ਇਹਨਾਂ 'ਚ ਹੋਰ ਵੀ ਸੁਧਾਰ ਆ ਸਕਦਾ ਹੈ। ਕਾਫੀ ਦਿਨਾਂ ਤੋਂ ਇਹ ਸਾਨੂੰ ਖਬਰ ਆਈ ਸੀ ਕਿ ਸਾਡੇ ਕਈ ਲੋਕ 2000 ਤੋਂ ਉੱਪਰ ਦੇ ਕਰੀਬ ਹਜ਼ੂਰ ਸਾਹਿਬ ਦੇ ਵਿੱਚ ਨਨੇੜ ਦੇ ਵਿੱਚ ਉਥੇ ਫਸੇ ਹੋਏ ਨੇ ਤੇ ਅਸੀਂ ਪਹਿਲਾਂ ਕੋਸ਼ਿਸ਼ ਕੀਤੀ ਸੀ ਕਿ ਗਵਰਨਮੈਂਟ ਵੰਡਿਆ ਸਾਨੂੰ ਆਜ਼ਾਦ ਦੇਵੇ ਤਾਂ ਕਿ ਅਸੀਂ ਇਹਨਾਂ ਨੂੰ ਉਹਨਾਂ ਦਾ ਪ੍ਰਬੰਧ ਕਰੀਏ ਔਰ ਇਹਨਾਂ ਨੂੰ ਲਾ ਉਦੋਂ ਜੋ ਅੱਜੋ ਜਵਾਬ ਮਨੇ ਅਸੀਂ ਕੋਈ ਕੋਈ ਇੱਕ ਸਟੇਟ ਤੋਂ ਦੂਸਰੇ ਸਟੇਟ ਤੇ ਗਵਰਨਮੈਂਟ ਆਫ ਇੰਡੀਆ ਆਜ਼ਾਦਤ ਨਹੀਂ ਦੇ ਰਹੀ ਇਹ ਇਹ ਤਰੀਕੇ ਨਾਲ ਹੋਰ ਵੀ ਸੂਬਿਆਂ ਦੇ ਵਿੱਚ ਸਾਡੇ ਬੰਦੇ ਫਸੇ ਹੋਏ ਨੇ ਤੇ ਮੈਂ ਅੱਜ ਫੇਰ ਹੋਮ ਮਿਨਿਸਟਰ ਸਾਹਿਬ ਨਾਲ ਗੱਲ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਖਬਰ ਆਈ ਸੀ ਕਿ ਸ਼ਾਇਦ ਉਹ ਆਜ਼ਾਦਤ ਦੇਣਾ ਚਾਹੁੰਦੇ ਨੇ ਲੇਕਿਨ ਅੱਜ ਤਾਈਂ ਮੇਰੀ ਹੁਣੀ ਮਹਾਰਾਸ਼ਟਰ ਦੇ ਚੀਫ ਮਿਨਿਸਟਰ ਉਹਦੇ ਠਾਕਰੇ ਜੀ ਨਾਲ ਗੱਲ ਹੋਈ ਹੈ ਉਹ ਕਹਿੰਦੇ ਆਜ਼ਾਦਤ ਨਹੀਂ ਮਿਲੀ ਔਰ ਤੁਸੀਂ ਹੋਮ ਮਿਨਿਸਟਰ ਨਾਲ ਬੁਸ਼ਾਤ ਕਰ ਲਓ ਤੋ ਮੈਂ ਅੰਮ੍ਰਿਤਸ਼ਾਹ ਜੀ ਨਾਲ ਫਿਰ ਦੁਬਾਰਾ ਗੱਲ ਕਰਾਂਗਾ ਕਿ ਇਹ ਹੁਣ ਇੰਨੀ ਦੇਰ ਦੇ ਇੱਕ ਜਗ੍ਹਾ ਬੈਠੇ ਨੇ ਟੋਟਲ ਉਹਨਾਂ ਦੀ ਕੁਆਰੰਟਾਈਨ ਪੀਰੀਅਡ ਵੀ ਖਤਮ ਹੋ ਗਿਆ ਕਿਸੇ ਨੂੰ ਕੋਈ ਕੋਵਿਡ ਉੱਥੇ ਹੋਇਆ ਨਹੀਂ ਤੋ ਅਗਰ ਉਹ ਆ ਜਾਣ ਤਾਂ ਚੰਗਾ ਹੋਏਗਾ ਵਿਚਾਰੇ ਉੱਥੇ ਉੱਥੇ ਫਸੇ ਜਿਹੜੇ ਬੈਠੇ ਨੇ ਕੋਈ ਕੰਮ ਨਹੀਂ ਕਰਦੇ ਬਸ ਐਸੇ ਹੀ ਇੱਕ ਕਿਸਮ ਦੀ ਉਹ ਤੰਗੀ ਹੋਇਆ ਐ اسی ਤਰੀਕੇ ਨਾਲ ਹੋਰ ਸੂਬਿਆਂ ਵਿੱਚ ਵੀ ਸਾਡੇ ਲੋਕ ਉੱਥੇ ਕਿਤੇ ਕਿਤੇ ਫਸੇ ਨੇ ਮੈਂ ਸਿਰਫ ਸਾਰੇ ਮੁੱਖ ਮੰਤਰੀਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜੈਸੇ ਅਸੀਂ ਅੱਜ ਮੈਨੂੰ ਪਟਨਾਇਚੀ ਦਾ ਟੈਲੀਫੋਨ ਆਇਆ ਸੀ ਉਹਨਾਂ ਦੇ ਬੰਦੇ ਸਾਡੇ ਕੋਲ ਇੱਥੇ ਹੈਗੇ ਬੜੇ ਥੋੜੀ ਮੰਮਤਾ ਬਣਰਜੀ ਦਾ ਆਇਆ ਸੀ ਕਿ ਉਹਨਾਂ ਦੇ ਬੰਦੇ ਬੰਗਾਲੀ ਹੋਰੇ ਬੜੇ ਬੈਠੇ ਨੇ ਔਰ ਤੁਸੀਂ ਉਹਨਾਂ ਦਾ ਧਿਆਨ ਰੱਖੋ ਅਸੀਂ ਉਹ ਤਾਂ ਵੀ ਸਮਾਂ ਹੈ ਵੀ ਕਹਰੇ ਸੀ ਕਿ ਸਭ ਸਾਨੂੰ ਦੱਸੋ ਅਸੀਂ ਕਿਸ ਕਿਸਮ ਦਾ ਤੁਹਾਨੂੰ ਕੋਈ ਇਥੋਂ ਥੋੜੀ ਮਦਦ ਕਰ ਸਕਦੇ ਹਾਂ ਮੈਂ ਉਹਨਾਂ ਨੂੰ ਕਿਹਾ ਸਾਡੇ ਬੰਦੇ ਨੇ ਤੁਸੀਂ ਬਿਲਕੁਲ ਨਾ ਫਿਕਰ ਕਰੋ ਕਿਸੇ ਚੀਜ਼ ਦੀ ਸਾਨੂੰ ਲੋੜ ਨਹੀਂ ਅਸੀਂ ਆਪ ਵੀ ਉਹਨਾਂ ਨੂੰ ਜਿਵੇਂ ਅਸੀਂ ਪੰਜਾਬੀਆਂ ਨੂੰ ਸਾਹਮਦੇ ਹਾਂ ਅਸੀਂ ਤੁਹਾਡੇ ਬੰਦਿਆਂ ਨੂੰ ਵੀ اسی ਤਰੀਕੇ ਨਾਲ ਸਮਾਂਗੇ ਤੁਹਾਨੂੰ ਲੋੜ ਨਹੀਂ ਉਹਨਾਂ ਨੂੰ ਰੋਟੀ ਸਭ ਕੁਝ ਰਹਿ ਹੈ ਸਭ ਕੁਝ ਅਸੀਂ ਦੇਵਾਂਗੇ ਔਰ ਅਸੀਂ ਉਹ ਕਰ ਰਹੇ ਹਾਂ ਇਸ ਵੇਲੇ ਉਹ ਵੀ ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਕਿ ਉਹ ਵੀ ਸਾਡੇ ਜਿਹੜੇ ਪੰਜਾਬੀ ਉੱਥੇ ਕਿਤੇ ਫਸੇ ਹੋਏ ਨੇ ਉਹਨਾਂ ਦੀ ਵੀ ਪਲੀਜ਼ ਬੜੀ ਜਿਸ ਤਰੀਕੇ ਨਾਲ ਤੁਸੀਂ ਉਹਨਾਂ ਦੀ ਮਦਦ ਕਰ ਸਕਦੇ ਹੋ ਉਹਨਾਂ ਦਾ ਰੋਟੀ ਪਾਣੀ ਇੰਤਜ਼ਾਮ ਉਹਨਾਂ ਦੇ ਰਹਿ ਰਹਿਣ ਦੀ ਜਗਾ ਦੇ ਸਕੋ ਤਾਂ ਕਿ ਜਦ ਤਾਈਂ ਇਹ ਕੋਰੋਨਾ ਚੱਲਦਾ ਹੈ ਔਰ ਉਹ ਵਾਪਸ ਕਰਨੀ ਮੋੜ ਸਕਦੇ ਉਹਨਾਂ ਦੀ ਕੋਈ ਉੱਥੇ ਕੋਈ ਰਹਿਣ ਦੀ ਕੋਈ ਜਗਾ ਔਰ ਰੋਟੀ ਦਾ ਪ੍ਰਬੰਧ ਤੁਸੀਂ ਕਰ ਦਿਓ ਸਾਡੇ ਵਾਸਤੇ ਇਸ ਦਿਨ ਪਹਿਲਾਂ ਮੈਂ ਕਮੇਟੀ ਬਿਠਾਈ ਸੀ 20 ਮੈਂਬਰਾਂ ਦੀ ਕਿ ਮੈਨੂੰ ਦੱਸਣ ਕਿ ਕਿਸ ਤਰੀਕੇ ਨਾਲ ਅਸੀਂ ਇਸ ਲਾਕਡਾਊਨ ਤੋਂ ਅਪਚੁਟ ਕਾਰਾ ਪਾਸ ਕਰਦੇ ਆ ਫੇजेस ਕਰੀ ਆਪਾਂ ਇਸ ਥੋੜਾ ਥੋੜਾ ਕਰਕੇ ਜਿਸ ਤਰੀਕੇ ਨਾਲ ਉਹ ਸਜਾ ਦਿੰਦੇ ਨੇ ਔਰ ਮੈਨੂੰ ਪਤਾ ਲੱਗਿਆ ਕਿ ਉਹ ਤਿਆਰ ਹੈ ਰਿਪੋਰਟ ਔਰ ਪਰਸੋ ਤਾਈ ਮੈਨੂੰ ਉਹ ਦੇ ਦੇਣਗੇ ਫਿਰ ਮੈਂ ਤੁਹਾਨੂੰ ਆਪ ਆਪਣੇ ਸਾਹਮਣੇ ਤੁਹਾਡੇ ਸਾਹਮਣੇ ਮੈਂ ਇਹ ਗੱਲਾਂ ਨੂੰ ਰੱਖਾਂਗਾ ਕਿ ਕਿਸ ਤਰੀਕੇ ਨਾਲ ਆਪਾਂ ਨਿਕਲ ਸਕਦੇ ਹਾਂ ਲੇਕਿਨ ਇੱਕ ਗੱਲ ਯਾਦ ਰੱਖਣਾ ਪਊ ਜਿੱਦ ਦਿਨ ਇਹ ਲਾਕਡਾਊਨ ਲਿਫਟ ਕਰੇਗਾ ਕਰਫਿਊ ਅਸੀਂ ਲਿਫਟ ਕਰਾਂਗੇ ਤੁਹਾਨੂੰ ਖਾਸ ਕਰਕੇ ਆਪਣਾ ਬਚਾਅ ਕਰਨਾ ਪਊ ਖਾਸ ਕਰਕੇ ਜਿਹੜੀਆਂ ਤੁਹਾਨੂੰ ਗੱਲਾਂ ਦੱਸਿਆ ਨੇ ਉਹ ਤੁਹਾਨੂੰ ਕਰਨੀਆਂ ਪੈਣਗੀਆਂ ਨਹੀਂ ਇਹ ਹੋਊ ਕਿ ਇਹ ਜਿਹੜੇ ਆંકੜੇ ਆਪਣੇ ਘਟਨੇ ਇਹ ਬੱਦੇ ਜਾਣਗੇ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਸ਼ੁਰੂ ਕੀ ਤਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਕਰਾਂਗੇ ਕੋਸ਼ਿਸ਼ ਤੁਹਾਡੀ ਮਦਦ ਕਰਨ ਦੀ ਕਿਉਂਕਿ ਮੈਨੂੰ ਪਤਾ ਹੈ ਇੰਡਸਟਰੀ ਬੰਦ ਪਈ ਹੈ ਟਰੇਡ ਬੰਦ ਪਈ ਹੈ ਦੁਕਾਨਾਂ ਬੰਦ ਪਈਆਂ ਨੇ ਤੁਸੀਂ ਵੀ ਆਪ ਆਪਣੇ ਘਰਾਂ ਦੇ ਵਿੱਚ ਬੈਠੇ ਹੋ ਔਰ ਅੱਕੇ ਹੋਏ ਬੈਠੇ ਹੋ ਲੋਕ ਨਿਕਲਣਾ ਚਾਹੁੰਦੇ ਨੇ ਲੇਕਿਨ ਇਹ ਦੇ ਨਾਲ ਇਹ ਅੰਕੜੇ ਦਾ ਵਿਸਥਾਰਾ ਹੈ ਲੇਕਿਨ ਜਿੱਦ ਦਿਨ ਤੁਸੀਂ ਬਾਹਰ ਜਾ ਕੇ ਫਿਰ ਮਿਲਣ ਲੱਗ ਜੋ ਲੋਕਾਂ ਨਾਲ ਇਹ ਅੰਕੜੇ ਵਧਣਗੇ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ ਹਾਂ ਇਸ ਕਰਕੇ ਪਹਿਲਾਂ ਤੋਂ ਇਹ ਸੋਚ ਲਓ ਕਿਆਸੀ ਜਰੂਰ ਕੋਈ ਰਾਹਤ ਦੇਵਾਂਗੇ ਇਹ ਸਾਨੂੰ ਦੇਣੀ ਪਊ ਕਿ ਲੋਕ ਸਰਵਸਥਾ ਨਹੀਂ ਆਪਣੇ ਕੰਮ ਨਹੀਂ ਹੱਥ ਪਹਿਰ ਸਕਦੇ ਜਾਂ ਆਪਣੇ ਬਿਜ਼ਨਸਾਂ ਨੂੰ ਬੰਦ ਕਰ ਸਕਦੇ ਆ ਲੇਕਿਨ ਆਪਣਾ ਬਚਾਓ ਕਰਨਾ ਆਪਣੇ ਸਾਥੀਆਂ ਨੂੰ ਬਚਾਓ ਕਰਨਾ ਆਪਣੇ ਵਰਕਰਾਂ ਨੂੰ ਬਚਾਓ ਕਰਨਾ ਇਹ ਥੋੜਾ ਥੋੜੇ ਜ਼ਿੰਮੇਵਾਰੀ ਹੋਏਗੀ ਫਿਰ ਤੋਂ ਇਹ ਤੁਸੀਂ ਮੈਂ ਪਹਿਲਾਂ ਦੱਸਣਾ ਐਡਵਾਂਸ ਚ ਦੱਸਣਾ ਚਾਹੁੰਦਾ ਸੀ ਤਾਂ ਕਿ ਤੁਸੀਂ ਆਪਣੇ ਮਨ ਚ ਰੱਖੋ ਇਹ ਗੱਲ ਜਿੱਥੇ ਤਾਂ ਹੀ ਫਸਲ ਦੀ ਗੱਲ ਹੈ ਫਸਲ ਸਾਡੀ ਬਹੁਤ ਵਧੀਆ ਆ ਰਹੀ ਹੈ ਸਾਡੇ ਕੋਲ ਅੱਜ ਤਕਰੀਬਨ ਪਿਛਲੇ ਸਾਲ ਅੱਜ ਦੇ ਦਿਨ 2 ਲੱਖ ਮੈਟ੍ਰਿਕ ਟਨ ਆਪਣੀ ਕਣਕਾਈ ਸੀ ਮੰਡੀਆਂ ਦੇ ਵਿੱਚ ਅੱਜ ਦੇ ਦਿਨ ਅੱਜ 3 ਲੱਖ 90 ਹਜ਼ਾਰ ਲੱਖ ਟਨ ਆਪਣੇ ਮੰਡੀਆਂ ਚਾਹੀਏ ਤਾਂ ਤਕਰੀਬਨ ਪਿਛਲੇ ਸਾਲ ਨਾਲੋਂ ਦੁੱਗਣੀ ਔਰ ਇਹ ਰੋਜ਼ ਹੀ ਅਹੀਂ ਚੱਲ ਰਿਹਾ ਹੈ ਔਰ ਇਸ ਇਸ ਵੇਲੇ ਸਾਡੀ ਟੋਟਲ ਅਰਾਈਵਲ 12 ਲੱਖ 9000 ਟਨ ਆਪਣੇ ਕੋਲ ਕਣਕ ਪਹੁੰਚ ਚੁੱਕੀ ਹੈ ਮੰਡੀਆਂ ਦੇ ਵਿੱਚ ਔਰ ਉਹ ਦੀ ਖਰੀਦ ਹੋ ਚੁੱਕੀ ਹੈ। ਤੋਂ ਇਹ ਫਸਲ ਤਾਂ ਤੁਹਾਨੂੰ ਵਧਾਈ ਹੋਏ ਕਿਉਂਕਿ ਤੁਸੀਂ ਹਿੰਮਤ ਕੀਤੀ ਹੈ ਔਰ ਪਿਛਲੇ ਸਾਲ ਨਾਲੋਂ ਆਪਣੀ ਆਪਣਾ ਝਾੜ ਜ਼ਿਆਦਾ ਨਿਕਲਿਆ ਔਰ ਮੈਂ ਪੁੱਛਿਆ ਸੀ ਕਿਸੇ ਜ਼ਿੰਮੇਦਾਰਾ ਨੂੰ ਮੰਡੀ ਦੇ ਵਿੱਚ ਕਿ ਕਿੰਨਾ ਥੋੜਾ ਆ ਰਿਹਾ ਹੈ। ਕਹਿੰਦੇ ਜੀ 52 54 ਸੜਾ ਆ ਰਿਹਾ ਹੈ ਕਿਲਟਨ। ਤੋਂ ਇਹ ਬੜਾ ਅੱਛਾ ਹੋਇਆ ਔਰ ਉਹਦਾ ਸਾਰੇ ਦਾ ਅਸਰ ਇਹ ਪਿਆ ਹੈ ਕਿ ਇੱਕ ਬੰਮਪਰ ਕ੍ਰੌਪ ਪੰਜਾਬ ਦੇ ਵਿੱਚ ਆ ਰਹੀ ਹੈ। ਤੁਹਾਡੇ ਤੁਹਾਡੀ ਆਮਦਨ ਵਧੇਗੀ ਔਰ ਦੇਸ਼ ਦਾ ਅਨੁਬਧੂ ਇਹ ਜਿਹੜੀ ਹੁਣ ਆਪਣੀ ਬਾਡੀ ਲੱਗ ਰਹੀ ਹੈ ਉਹ ਤੋਂ ਬਾਅਦ ਆਮ ਤੌਰ ਤੇ ਤਾਂ ਆਪਾਂ ਕਣਕ ਦੀ ਦਾ ਮੁੱਢ ਜਿਹੜਾ ਰਹਿੰਦਾ ਹੈ ਉਹਨੂੰ ਆਪਾਂ ਅੱਗ ਨਹੀਂ ਲਾਉਂਦੇ ਲੇਕਿਨ ਚੋਨੇ ਦਾ ਦੀ ਜਿਹੜੀ ਆਪਾਂ ਅੱਗ ਲਾਉਂਦੇ ਆ ਉਹਦੇ ਨਾਲ ਬੜਾ ਧੂਆਂ ਹੋ ਜਾਂਦਾ ਹੈ ਪੰਜਾਬ 'ਚ ਪਰ ਕਿਤੇ ਕਿਤੇ ਇੱਥੇ ਕਣਕ ਨੂੰ ਵੀ ਲਾ ਦਿੰਦੇ ਨੇ ਔਰ ਉਹ ਮੈਂ ਤੁਹਾਨੂੰ ਇਹ ਗੱਲ ਕਹਣਾ ਚਾਹੁੰਦਾ ਕਿ ਸਾਡੇ ਵਾਸਤੇ ਇਹ ਐਤ ਕੀ ਬੜਾ ਖਤਰਨਾਕ ਹੋਗਾ ਇਸ ਲਈ ਕਿ ਜਿਹੜਾ ਕੋਵਿਡ ਹੈ ਨਾ ਉਹ ਇੱਕ ਫੇਫੜਿਆਂ ਦੀ ਬਿਮਾਰੀ ਹੈ ਔਰ ਉਥੇ ਆਕਸੀਜਨ ਜਦ ਘਟਦਾ ਉਹਦੇ ਚ ਉਹ ਲੋਕਾਂ ਦੇ ਫੇਫੜੇ ਹੋਰ ਖਰਾਬ ਹੋ ਜਾਂਦੇ ਨੇ ਸਾਡੇ ਬੱਚੇ ਨੇ ਸਾਡੇ ਪਰਿਵਾਰ ਨੇ ਸਾਰੇ ਤਾਂ ਮੇਰੀ ਇਹ ਵੀ ਬਥੋਂ ਨੂੰ ਬੇਨਤੀ ਹੈ ਕਿ ਤੁਸੀਂ ਆ ਐਤ ਕੀ ਬਿਲਕੁਲ ਕਿਸੇ ਹਾਲਤ ਵਿੱਚ ਵੀ ਅਗਨੀ ਨਗਾਉਣੀ ਆਪਣੇ ਮੁੱਢ ਨੇ ਰਹਿ ਗਏ ਆਪਣੇ ਕਣਕ ਦੇ ਔਰ ਨਹੀਂ ਤਾਂ ਇਹ ਜਿਹੜਾ ਇਹ ਕੋਵਿਡ ਦਾ ਕੰਮ ਹੈ ਇਹ ਹੋਰ ਵਿਗੜ ਜਾਣਾ ਔਰ ਜਿਹੜੇ ਸਾਡੇ ਮਰੀਜ਼ ਨੇ ਉਹਨਾਂ ਨੂੰ ਹੋਰ ਨੁਕਸਾਨ ਪਹੁੰਚਣਾ ਔਰ ਇਹ ਹੀ ਨਹੀਂ ਕਿ ਤੁਹਾਡੇ ਅਗਰ ਬੱਚਿਆਂ ਦੇ ਫੇਫੜੇ ਕਮਜ਼ੋਰ ਹੋ ਜਾਣਗੇ ਤਾਂ ਫਿਰ ਕਰੋਨਾ ਦਾ ਅਸਰ ਵੀ ਉਹਨਾਂ ਤੇ ਪੈ ਸਕਦਾ ਹੈ ਇਸ ਕਰਕੇ ਮੇਰੀ ਬੇਨਤੀ ਹੈ ਤੁਹਾਨੂੰ ਬੜੀ ਹੱਥ ਜੋੜ ਕੇ ਕਿ ਇਹ ਕੰਮ ਨਾ ਕਰਨ ਸਿਹਤ ਕੀ ਸੋ ਇਹ ਚੀਜ਼ਾਂ ਮੈਂ ਤੁਹਾਨੂੰ ਦੋ ਤਿੰਨ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਇਹ ਤੁਸੀਂ ਪਹਿਲਾ ਕੋਵਿਡ ਸਭ ਤੋਂ ਵੱਡਾ ਦੁਸ਼ਮਣ ਸਾਡਾ ਕੋਵਿਡ ਹੈ ਉਹਦਾ ਸਾਹਮਣਾ ਕਰਨ ਲਈ ਤੁਹਾਨੂੰ ਕੱਲੇ-ਕੱਲੇ ਪੰਜਾਬੀ ਨੂੰ ਆਪਣਾ ਇਹਦੇ 'ਚ ਰੁਖ ਬਦਲਣਾ ਪਊ ਦੇਖਣਾ ਪਊ ਕਿ ਸਾਡੀ ਸਮੱਸਿਆ ਜਿਹੜੀ ਹੈ ਇਹਦਾ ਸਾਹਮਣਾ ਇੱਕੋ ਹੀ ਤਰੀਕਾ ਹੈ ਕੋਈ ਦਵਾਈ ਨਹੀਂ ਹੈ ਇਸ ਵਾਸਤੇ ਤੁਹਾਨੂੰ ਪਤਾ ਹੈ ਹਾਲੇ ਤੱਕ ਦੁਨੀਆ 'ਚ ਕੋਈ ਦਵਾਈ ਨਹੀਂ ਬਣੀ ਇਹ ਨਹੀਂ ਕਿ ਮੈਨੂੰ ਕੋਈ ਬਿਮਾਰੀ ਹੋ ਜੂ ਤਾਂ ਮੈਂ ਬਚ ਜਾਊਗਾ ਇਸ ਤਰੀਕੇ ਇਹ ਇਹਨੂੰ ਸਮਝ ਲਓ ਕਿ ਕੋਈ ਦਵਾਈ ਨਹੀਂ ਸਿਰਫ ਦਵਾਈ ਇਹ ਹੈ ਕਿ ਤੁਸੀਂ ਆਪਣੀ ਸੋਸ਼ਲ ਡਿਸਟੈਂਸਿੰਗ ਰੱਖੋ ਇੱਕ ਦੂਜੇ ਨੂੰ ਨਾ ਮਿਲੋ ਦੂਰੋਂ ਮਿਲੋ ਦੂਰੋਂ ਗੱਲਾਂ ਕਰੋ ਔਰ ਇਸ ਕਿਸਮ ਦਾ ਯਾ ਟੈਲੀਫੋਨ ਤੇ ਗੱਲ ਕਰੋ ਆਹੀ ਸਿਸਟਮ ਹੈ ਇਹਨੂੰ ਬਚਾਉਣ ਵਾਸਤੇ ਔਰ ਵਾਹਿਗੁਰੂ ਕਰੇ ਇੱਕ ਦਿਨ ਇਹ ਦਵਾਈ ਬਣੇਗੀ ਜ਼ਰੂਰ ਲੇਕਿਨ ਉਸ ਤੋਂ ਪਹਿਲਾਂ ਮੈਂ ਨਹੀਂ ਚਾਹੁੰਦਾ ਕਿ ਮੇਰੇ ਕੋਈ ਪੰਜਾਬੀ ਹੋਰ ਜਾ ਕੇ ਬਿਮਾਰ ਹੋ ਜਾਣ ਔਰ ਇਹ ਬਿਮਾਰੀ ਤਾਂ ਇਹ ਜੀ ਹੈ ਦੋ ਅਸੀ ਸਾਡੇ ਅਫਸਰ ਜੋ ਸਾਡੇ ਲੱਗੇ ਹੋਏ ਸੇ ਆਪਣੇ ਡਿਊਟੀ ਕਰਨ ਚ ਇੱਕ ਪੁਲਿਸ ਅਫਸਰ ਇੱਕ ਸਾਡਾ ਕਾਨੂੰਨ ਕੋ ਉਹਨਾਂ ਨੂੰ ਤੁਹਾਨੂੰ ਤੁਸੀਂ ਦੇਖ ਲਿਆ ਕੀ ਹੋਇਆ ਔਰ ਮੈਂ ਤੁਹਾਨੂੰ ਬਾਰ ਬਾਰ ਇਹ ਮੈਂ ਆਉਂਗਾ ਤੁਹਾਡੇ ਕੋਲ ਇਸੀ ਸੋਸ਼ਲ ਮੀਡੀਆ ਰਾਹੀਂ ਦੱਸਣ ਨੂੰ ਕਿ ਕੀ ਹਾਲ ਹੈ ਸਾਡੇ ਪੰਜਾਬ ਮੈਂ ਕਿਸੇ ਤਰ੍ਹਾਂ ਕੋਈ ਲਕੋ ਨਹੀਂ ਰੱਖਣਾ ਚਾਹੁੰਦਾ ਦੇ ਕੋਲ ਦੇ ਨਾਲ ਕੋਈ ਗੱਲ ਨਹੀਂ ਹੁੰਦੀ ਅਸਲੀਅਤ ਜੋ ਦਿਲ ਦੀ ਗੱਲ ਹੈ ਉਹ ਮੈਂ ਤੁਹਾਡੇ ਨਾਲ ਕਰੂੰਗਾ ਔਰ ਮੈਂ ਆਸ ਕਰੂੰਗਾ ਕਿ ਅਸੀਂ ਇਹ ਲੜਾਈ ਨੂੰ ਤੁਸੀਂ ਮੈਂ ਸਾਰੇ ਆਪਾਂ ਰਲ ਕੇ ਇਹਦਾ ਸਾਹਮਣਾ ਕਰੀਏ ਔਰ ਇੱਥੇ ਇਹਦਾ ਨਾਮ ਤੁਹਾਨੂੰ ਪਤਾ ਹੈ ਕੀ ਅਸੀਂ ਰੱਖਿਆ ਹੈ ਇਹਦਾ ਨਾਮ ਰੱਖਿਆ ਅਸੀਂ ਆਪਰੇਸ਼ਨ ਫਤਿਹ ਸਾਡੀ ਫਤਿਹ ਹੋ ਉ ਅੰਤ ਵਿੱਚ ਔਰ ਇਹ ਇਹ ਲੜਾਈ ਆਪਾਂ ਨੂੰ ਇਸ ਤਰੀਕੇ ਨਾਲ ਲੜਨੀ ਪਾਉ ਜਿਵੇਂ ਆਪਾਂ ਕਿਸੇ ਮੁਲਕ ਨਾਲ ਲੜਦੇ ਹੈ ਕਿ ਅੰਤ ਵਿੱਚ ਅਸੀਂ ਪਾਤੇ ਹੋ ਕੇ ਨਿਕਲਾਂਗੇ ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੈਡੀਕਲ ਸਟਾਫ ਅਤੇ ਪੁਲਿਸ ਮੁਲਾਜ਼ਮਾਂ ਸਣ ਕਰੋਨਾ ਖਿਲਾਫ ਜੰਗ ਵਿੱਚ ਲੱਗੇ तमाम ਵਿਅਕਤੀਆਂ ਦਾ ਧੰਨਵਾਦ ਵੀ ਕੀਤਾ ਮੈਂ ਸਾਰੇ ਜਿਹੜੇ ਅੱਜ ਇੱਥੇ ਇਸ ਕੋਵਿਡ ਲੜਾਈ ਦੇ ਵਿੱਚ ਉਲਝੇ ਹੋਏ ਹੋ ਤੁਸੀਂ ਸਾਡੇ ਸਰਪੰਚ ਹੋਣ ਸਾਡੇ ਮਿਊਨਿਸਪਲ ਕਾਉਂਸਲਰ ਹੋਣ ਸਾਡੇ ਰੂਰਲ ਡਵੈਲਪਮੈਂਟ ਮਹਿਕਮੇ ਦੇ ਹੋਣ ਮਾਲ ਭਾਗ ਦੇ ਜਿਹੜੇ ਸਾਡੇ ਅਧਿਕਾਰੀ ਨੇ ਸਾਡੇ ਪੁਲਿਸ ਦੇ ਮਹਿਕਮੇ ਨੇ ਸਾਡੇ ਡਾਕਟਰਸ ਖਾਸ ਕਰਕੇ ਔਰ ਹਸਪੀਟਲ ਦੇ ਦੇ ਸਾਡੇ ਨਰਸਾਂ ਨੇ ਸਾਡੇ ਪੈਰਾਮੈਡਿਕਸ ਨੇ ਸਾਰੇ ਜਿਹੜੇ ਤੁਸੀਂ ਇਹ جنگ ਬਿਲਕੁਲ ਸਾਹਮਣੇ ਹੋ ਕੇ ਲੜ ਰਹੇ ਹੋ ਇਹ ਇਹਨਾਂ ਦਾ ਖਾਸ ਕਰਕੇ ਮੈਨੂੰ ਬੜਾ ਫਿਕਰ ਆਉਂਦਾ ਔਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰੀ ਕਿ ਤੁਸੀਂ ਇਹ ਆਪਣਾ ਜਿਹੜਾ ਪੰਜਾਬ ਦਾ ਇੱਕ ਜਾਂ ਹਿੰਦੁਸਤਾਨ ਦਾ ਇੱਕ ਬੋਝ ਹੈ ਆਪਣੇ ਮੋਢਿਆਂ ਤੇ ਚੱਕਿਆ ਹੋਇਆ ਇਹਦੇ ਵਿੱਚ ਇਹ ਮੁਲਾਜ਼ਮਾਂ ਤੋਂ ਇਲਾਵਾ ਸਾਰੇ ਹੀ ਪੰਜਾਬ ਲੱਗਿਆ ਹੋਇਆ ਸਾਰੇ ਪੰਜਾਬੀ ਲੱਗੇ ਹੋਏ ਨੇ ਇਹ ਸਾਡੇ ਪੰਜਾਬ ਦਾ ਭਵਿੱਖ ਦਾ ਸਵਾਲ ਹੈ ਔਰ ਜਿਹੜੇ ਤੁਸੀਂ ਸਾਰੇ ਆਪਣੀ ਹਿੰਮਤ ਕਰਕੇ ਇਹ ਕੰਮ ਕਰ ਰਹੇ ਹੋ ਔਰ ਆਪਣੇ ਆਪਣੇ ਜਿਵੇਂ ਮੈਨੇ ਸੁਣਿਆ ਪਿੰਡਾਂ ਦੇ ਵਿੱਚ ਪਿੰਡਾਂ ਦੇ ਪਿੰਡਾਂ ਨੇ ਆਪਣੇ ਬੈਰੀਅਰ ਲਾ ਲਏ ਔਰ ਕਿਸੇ ਨੂੰ ਆਉਣ ਨਹੀਂ ਦਿੱਤਾ ਇਹੀ ਹੈ ਜਿਹੜਾ ਜਿਹੜਾ ਅਸੀਂ ਚਾਹੁੰਦੇ ਸੀ ਕਿ ਤੁਸੀਂ ਇਹ ਸੋਸ਼ਲ ਮਿਕਸਿੰਗ ਜੀ ਨੂੰ ਕਹਿੰਦੇ ਨੇ ਉਹ ਜਨਾਹ ਹੋ ਨਾ ਹੋਵੇ ਤਾਂ ਤੁਹਾਨੂੰ ਥੋੜਾ ਜਿਹੜੇ ਸਾਡੇ ਕਸਬਿਆਂ ਸਾਡੇ ਸ਼ਹਿਰਾਂ 'ਚ ਰਹਿੰਦੇ ਹੋ ਤੁਸੀਂ ਸਾਰੇ ਬੜੀ ਹਿੰਮਤ ਕਰ ਰਹੇ ਹੋ ਜੋ ਰਿਪੋਰਟਰ ਮੈਨੂੰ ਆ ਰਹੀਆਂ ਨੇ ਬੜੀ ਵਧੀਆ ਆ ਰਹੀਆਂ ਨੇ ਕਿ ਤੁਸੀਂ ਜਿੱਥੇ ਵੀ ਕੋਈ ਲੋੜ ਪਵੇ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਬਹੁਤ ਸੋਹਣੀ ਤਰੀਕੇ ਨਾਲ ਔਰ ਕੰਮ ਔਰ ਉਹਦੇ ਉੱਪਰ ਜਾ ਕੇ ਹੁਣ ਵਾਡੀ ਵੀ ਲੱਗ ਚੁੱਕੀ ਉਹਦੇ ਵਿੱਚ ਵੀ ਤੁਸੀਂ ਹਿੱਸਾ ਪਾ ਰਹੇ ਹੋ ਮੈਂ ਤੁਹਾਨੂੰ ਸਾਰਿਆਂ ਨੂੰ ਦੇ ਲੋਬਾਰ ਤੁਹਾਡੇ ਧੰਨਵਾਦੀ ਹੈ ਕਿ ਤੁਸੀਂ ਇੰਨਾ ਆਪਣਾ ਆਪਣੀ ਹਿੰਮਤ ਕਰ ਰਹੇ ਮੈਨੂੰ ਪਤਾ ਹੈ ਕਈ ਸਵੇਰੇ ਦੇ ਸ਼ਾਮ ਤੋਂ ਸਵੇਰੇ ਸਵੇਹਾ ਤੋਂ ਲੈ ਕੇ ਲੇਟ ਤੱਕ ਆਪਣੇ ਕੰਮਾਂ 'ਚ ਅੱਥੇ ਪਏ ਰਹੇ ਹੋ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹੈ ਮੈਂ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਦੇਵੇ ਔਰ ਤੁਹਾਡੀ ਸਿਹਤ ਨੂੰ ਠੀਕ ਰੱਖੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ